ਲੰਘੇ ਦਿਨੀ ਅਕਾਲੀ ਦਲ ਦੇ ਸਾਬਕਾ ਸਰਪੰਚ ਦਲਬੀਰ ਸਿੰਘ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਅਜੇ ਉਹ ਮਾਮਲਾ ਪੂਰੀ ਤਰ੍ਹਾਂ ਹੱਲ ਨਹੀਂ ਹੋ ਸਕਿਆ। ਅਜਿਹੇ 'ਚੋਂ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੇ ਕਰੀਬੀ ਸਰਪੰਚ ਗੁਰਦੀਪ ਸਿੰਘ ਤੇ ਤਾਬੜਤੋੜ ਗੋਲੀਆਂ ਨਾਲ ਹੋਏ ਕਤਲ ਬਾਅਦ ਸਾਰੇ ਇਲਾਕਿਆਂ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਗੁਰਦੀਪ ਸਿੰਘ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਨਾਲ ਸੰਬੰਧਿਤ ਹੈ। ਲੰਘੀਆਂ ਚੋਣਾਂ ਦੌਰਾਨ ਉਹਨਾਂ ਦੀ ਪਤਨੀ ਨੂੰ ਸਰਪੰਚੀ ਮਿਲੀ ਸੀ। ਜੇ ਸੰਬੰਧੀਆਂ ਦੀ ਸੁਣੀਏ ਤਾਂ ਉਹਨਾਂ ਦਾ ਮੰਨਣਾ ਹੈ ਕਿ ਕਾਂਗਰਸੀ ਨੇਤਾਵਾਂ ਨੇ ਆਪਣੀ ਰੰਜਿਸ਼ ਕੱਢਣ ਲਈ ਇਹ ਕਤਲ ਕੀਤਾ। ਕਤਲ ਉਸ ਵੇਲੇ ਹੋਇਆ ਜਦੋਂ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਪਰਤ ਰਹੇ ਸਨ। ਗੁਰਦੀਪ ਸਿੰਘ ਦੇ ਸਰੀਰ 'ਤੇ ਕੁੱਲ 8 ਗੋਲੀਆਂ ਲੱਗੀਆਂ। ਸਾਡੇ ਸਰਪੰਚ ਸਾਹਿਬ ਸੀ ਜੀ, ਬਾਬਾ ਗੁਰਦੀਪ ਜੀ, ਉਮਰਪੁਰਾ ਪਿੰਡ ਆ ਜੀ, ਬੜੇ ਸੋਸ਼ਲ ਵਰਕਰ ਸੀ, ਲੋਕਾਂ ਦੇ ਕੰਮ ਆਉਂਦੇ ਸੀ। ਪਿੰਡ ਦੇ ਸਰਪੰਚ ਆਈ ਵਾਰ ਜਿੱਤਦੇ ਸੀ, ਦੂਜੀ ਕਾਂਗਰਸ ਪਾਰਟੀ ਆਈ ਆਈ ਵਾਰ ਇਲੈਕਸ਼ਨਾਂ 'ਚ ਹਾਰਦੇ ਨੇ, ਪਸੰਦ ਵੀ ਉਹਨਾਂ ਨੂੰ ਕਰਦਾ ਨਹੀਂ, ਅਤੇ ਉਹਨਾਂ ਨੇ ਆਪਦੀ ਰੰਜਿਸ਼ ਕੱਢੀ ਹੈ ਜੀ। ਉਹਨਾਂ ਦੇ ਗੈਂਗਸਟਰਾਂ ਨਾਲ ਲਿੰਕਣ ਜੀ, ਉਹਨਾਂ ਦਾ ਮੁੰਡਾ ਪਕੌੜਾ ਕਹਿੰਦੇ ਜੀ, ਇਹਨਾਂ ਦੇ ਮਿਸਿਜ ਹੈ ਜੀ ਮਿਸਿਜ। 6 ਗੋਲੀਆਂ ਮਾਰੇ ਜੀ, ਡੈਥ ਹੋਣ ਤੋਂ ਬਾਅਦ ਵੀ ਸਿਰ 'ਚ ਮਾਰ ਕੇ ਗਏ ਨੇ, ਨਾਲ ਬੱਚੀ ਸੀਗੀ ਉਹਦਾ ਵੀ ਨਹੀਂ ਉਹਨਾਂ ਨੇ ਲਿਹਾਜ਼ ਕੀਤਾ, ਨਹੀਂ ਉਹਦਾ ਬਚਾ ਰਿਹਾ ਜੀ, ਰੱਬ ਦੀ ਕਿਰਪਾ ਹੋ ਗਈ ਜੀ। ਪੁਲਿਸ ਨੇ ਇਸ ਕੇਸ ਮਾਮਲੇ 'ਚੋਂ 5 ਲੋਕਾਂ 'ਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹਨਾਂ ਕੱਲ੍ਹ ਸ਼ਾਮ ਦੀ ਗੱਲ ਆ, 8 ਕੁ ਵਜੇ ਦੀ ਗੱਲ ਆ, ਚਰਨਜੀਤ ਕੌਰ ਨੇ ਸਾਨੂੰ ਆ ਕੇ ਬਾਜਵਾ ਹਸਪਤਾਲ 'ਚ ਬਿਆਨ ਲਿਖਾਇਆ ਵੀ ਜਿਹੜਾ ਮੇਰਾ ਜੇਠ ਹੈਗਾ ਸੀ ਗੁਰਦੀਪ ਸਿੰਘ ਹੈਗਾ ਸੀ, ਅਤੇ ਇਹਨੂੰ ਪਿੰਡ ਦੇ ਜਦੋਂ ਪਿੰਡ ਗੁਰਦੁਆਰੇ ਤੋਂ ਬਾਹਰ ਆਇਆ ਅਤੇ ਇਹਨੂੰ 3 ਨੌਜਵਾਨ ਜਿਹੜੇ ਨੇ ਗੋਲੀਆਂ ਮਾਰ ਕੇ ਮਾਰ ਗਏ ਆ, ਅਤੇ ਜਿਨ੍ਹਾਂ ਨੂੰ ਇਹਨੇ ਬਾਜਵਾ ਹਸਪਤਾਲ ਲਿਆਂਦਾ ਤਾਂ ਜਿੱਥੇ ਉਹਦੀ ਬਾਹਰ ਹੀ ਮੌਤ ਹੋ ਗਈ। ਅੱਜ ਇਹਨਾਂ ਦੇ ਦੋਸ਼ੀਆਂ ਦੇ ਖਿਲਾਫ਼ ਪਰਚਾ 302, 148, 149, 25, 50, 59 ਏ ਐਕਟ ਦਾ ਦਰਜ ਕਰਕੇ ਦਪਤੀ ਸਮਲ ਵਿੱਚ ਲਿਆਂਦੀ ਹੈ। ਪੰਜਾਬ ਪਿਸਤੌਲ ਦੀਆਂ ਗੋਲੀਆਂ ਮਾਰੀ ਸੀ ਸਰ, ਉਹਦੇ ਗੋਲੀਆਂ ਲੱਗੀਆਂ ਜੀ, 8 ਗੋਲੀਆਂ ਲੱਗੀਆਂ ਜੀ, 6 ਪੇਟ 'ਚ, 2 ਮੂੰਹ 'ਤੇ ਲੱਗੀਆਂ ਜੀ। ਇੱਕ ਆ ਹਰਮਨ ਸਿੰਘ ਆ, ਅਤੇ ਉਹਦੇ ਇੱਕ ਫਾਦਰ ਆ, ਅਤੇ 3 ਅਣਪਛਾਤੇ ਦੋਵਾਂ ਆ, ਉਹਦਾ ਨਾਮ ਹਰਿੰਦਰਮਲ ਸਿੰਘ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫੋਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।